ਕੇਂਦਰੀ ਜੇਲ੍ਹ ਤੋਂ ਪੇਸ਼ੀ ਭੁਗਤਣ ਆਇਆ ਹਵਾਲਾਤੀ ਪੁਲਿਸ ਟੀਮ ਨੂੰ ਚਕਮਾ ਦੇ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਅੱਜ ਸਵੇਰੇ ਸੈਸ਼ਨ ਕੋਰਟ ਵਿੱਚ ਹਵਾਲਾਤੀ ਰਜਿੰਦਰ ਸਿੰਘ ਨੂੰ ਪੇਸ਼ੀ ਭੁਗਤਣ ਵਾਸਤੇ ਲਿਆਂਦਾ ਗਿਆ ਸੀ, ਜਿੱਥੇ ਉਹ ਪੁਲਿਸ ਨੂੰ ਚਕਮਾ ਦੇ ਕੇ ਪਹਿਲਾਂ ਤੋਂ ਖੜੀ ਡਸਟਰ ਕਾਰ ਵਿੱਚ ਸਵਾਰ ਹੋ ਕੇ ਫਰਾਰ ਹੋ ਗਿਆ। ਰਜਿੰਦਰ ਸਿੰਘ ਪੁੱਤਰ ਲੱਡੂ ਸਿੰਘ ਵਾਸੀ ਰਾਜਸਥਾਨ, ਜਿਹੜਾ ਕਿ ਫੀਮ ਦੇ ਕੇਸ ਦੇ ਵਿੱਚ ਬੰਦ ਸੀਗਾ ਥਾਣੇ ਸਦਰ ਫਿਰੋਜ਼ਪੁਰ 92 ਨੰਬਰ ਮਕਾਨ 2008 ਦਾ ਸੀ। ਅਤੇ ਕੇਸ ਰਕੇਸ਼ ਕੁਮਾਰ ਅਡੀਸ਼ਨਲ ਸੈਸ਼ਨ ਜੱਜ ਫਿਰੋਜ਼ਪੁਰ ਦੀ ਕੋਰਟ ਵਿੱਚ ਚੱਲਦਾ ਸੀ। ਅੱਜ ਉੱਥੇ ਪੇਸ਼ੀ 'ਤੇ ਆਇਆ ਸੀ, ਸੈਸ਼ਨ ਕੋਰਟ ਦੇ ਵਿੱਚ ਉਹਨੂੰ ਬੰਦ ਕੀਤਾ ਸੀਗਾ ਪੱਖੀਖਾਨੇ 'ਚ। ਜਦੋਂ ਉਹਨੂੰ ਬਾਹਰ ਕੱਢ ਕੇ ਹੱਥਗੜੀ ਕਰਨ ਆਉਣ ਲੱਗੇ ਤਾਂ ਪੁਲਿਸ ਪਾਰਟੀ ਨੂੰ ਧੱਕਾ ਮਾਰ ਕੇ ਭੱਜ ਗਿਆ। ਇਹਦੇ ਬਾਰੇ ਪਤਾ ਕਰ ਰਹੇ ਹਾਂ, ਸ਼ਾਇਦ ਕੋਈ ਪਲੈਨਿੰਗ ਸੀ ਇਹਨਾਂ ਦੀ ਪਹਿਲਾਂ ਹੀ, ਪਤਾ ਕਰ ਰਹੇ ਹਾਂ। 30 ਜਾਰੀ ਪ੍ਰਸ਼ਾਸਨ ਪਿੱਛੇ ਲੱਗਿਆ ਜੀ, ਗੱਡੀ ਦੇ ਮਗਰ ਲੱਗੇ ਆ। ਸੀਸੀਟੀਵੀ ਕੈਮਰੇ ਵੀ ਖੰਗਾਲੇ ਯਾਰ, ਸੀਸੀਟੀਵੀ ਵੀ ਕੈਮਰੇ ਚੈੱਕ ਕਰ ਰਹੇ ਆ। ਡੀਸੀ ਚੌਂਕ ਦੇ ਵਿੱਚ ਗੱਡੀ ਖੜੀ ਸੀ, ਜਿਹੜੇ ਡੀਸੀ ਚੌਂਕ 'ਚ ਲੱਗੇ ਕੈਮਰੇ ਉਹਨਾਂ ਨੂੰ ਚੈੱਕ ਕਰ ਰਹੇ ਆ। ਗੱਡੀ ਦਾ ਨੰਬਰ ਜੇ ਟ੍ਰੇਸ ਹੋ ਗਿਆ ਤਾਂ ਸਾਨੂੰ ਥੋੜੀ ਜਿਹੀ ਸੌਖਾ ਮਿਲ। ਫਿਰੋਜ਼ਪੁਰ ਤੋਂ ਪੰਕਜ ਕੁਮਾਰ ਦੀ ਰਿਪੋਰਟ। ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਕਲਿੱਕ ਕਰੋ ਬੈਲ ਆਈਕਨ ਤੇ, ਤਾਂ ਜੋ ਤੁਹਾਨੂੰ ਹਰ ਖਬਰ ਮਿਲੇ ਸਭ ਤੋਂ ਪਹਿਲਾਂ। ਇਸ ਦੇ ਨਾਲ ਹੀ ਵਿਜਿਟ ਕਰੋ ਸਾਡੀ ਵੈਬਸਾਈਟ ਤੇ www.khabarharpalindia.com ਤੇ। ਇਸ ਦੇ ਨਾਲ ਹੀ ਤੁਸੀਂ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰ ਸਕਦੇ ਹੋ। ਫੇਸਬੁੱਕ ਤੇ ਸਰਚ ਕਰੋ ਖਬਰ ਹਰਪਲ ਇੰਡੀਆ।